ਤਨਾਸ਼ਰੀ ਛੰਤ ਮਹਿਲਾ ਪਹਿਲਾ ਪਿਰ ਸੰਗ ਮੁਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਬ ਗੁਣ ਬਹਿ ਬਹਿ ਰੋਸੀ ਧਨ ਜੋਬਨ ਆਕ ਕੀ ਛਾਇਆ ਬਿਰਧ ਬਹੇ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਛੁੰਨਿਆ ਬੁੱਢੀ ਘਰ ਘਾਲਿਓ ਗੁਰ ਕੈ ਭਾਏ ਚਲੋ ਸਾਚਾ ਨਾਮ ਧਿਆਏ ਪਾਵੇਂ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪਈ ਅੜੇ ਦਿਨ ਚਾਰੇ ਨਿਜ ਘਰ ਜਾਏ ਬਹਿ ਸੱਚ ਪਾਏ ਅਨ ਦਿਨ ਨਾਲ ਪਿਆਰੇ ਵਿਣ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸੱਚ ਨਾਏ ਪਿਰ ਧਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰ ਸਿਉ ਪ੍ਰੀਤ ਪਿਆਰੀ ਪਿਰ ਘਰ ਸੋ ਹੈ ਨਾਰ ਜੇ ਪਿਰ ਭਾਵੇ ਜੀਓ ਝੂਠੇ ਵਹਿਣ ਚਵੇ ਕਾਮਨਾ ਆਵੇ ਜੀਓ ਝੂਠ ਅਲਾਵੇ ਕਾਮਨਾ ਆਵੇ ਨਾ ਪਿਰ ਦੇਖੇ ਨੈਣੀ ਅਵਗੁਣਿਆਰੀ ਕੰਤ ਵਿਸਾਰੀ ਛੂਟੀ ਵਿਧਣ ਰਹਿਣੀ ਗੁਰ ਸ਼ਬਦ ਨ ਮਾਨੈ ਫਾਹੀ ਪਾਤੀ ਸਾਧਨ ਮਹਿਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰਲਿਆਲਾ ਜੋਬਨ ਬਾਲਾ ਤਿਸਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ
ਸਹੁਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪਿਰ ਕਰ ਸੋ ਹੈ ਨਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧਨਾਸਰੀ ਰਾਗ ਵਿੱਚ ਛੰਤ ਸਿਰਲੇਖ ਥੱਲੇ ਇਹ ਪਾਵਨ ਸ਼ਬਦ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਨਾਲ ਮਿਲਣ ਦੀ ਪ੍ਰੇਰਨਾ ਅਤੇ ਸਿੱਖਿਆ ਦਿੰਦੇ, ਕਿਉਂਕਿ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਗੁਰੂ ਪਾਤਸ਼ਾਹ ਦੇਖਦੇ ਨੇ ਕਿ ਲੋਕ ਪਰਮਾਤਮਾ ਤੋਂ ਭੁੱਲ ਕੇ ਪਰਮੇਸ਼ਰ 'ਤੇ ਭੁੱਲਿਆਂ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਇਸ ਲਈ ਇਸ ਪਾਵਨ ਸ਼ਬਦ ਰਾਹੀਂ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਨਾਲ ਮਿਲਣ ਦੀ ਪ੍ਰੇਰਨਾ ਕਰਦੇ। ਔਰ ਕਿਤਨੀ ਖੂਬਸੂਰਤ ਸਿੱਖਿਆ ਹੈ, ਇੱਕ ਤਾਂ ਪ੍ਰੇਮ ਨਾਲ ਬਾਣੀ ਪੜ੍ਹੀਏ ਸਾਰੀ ਸਮਝ ਆਉਂਦੀ, ਨਾ ਪ੍ਰੇਮ ਨਾਲ ਪੜ੍ਹਨ ਕਰਕੇ ਬਾਣੀ ਸਾਡੇ ਜੀਵਨ ਵਿੱਚ ਉਹ ਪਲਟਾ ਨਹੀਂ ਲਿਆ ਰਹੀ ਜਿਹੜਾ ਪਲਟਾ ਆਉਣਾ ਚਾਹੀਦਾ। ਤੋ ਆਓ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਇਸ ਪਾਵਨ ਸ਼ਬਦ ਨੂੰ ਪੜ੍ਹ ਲਿਆ, ਸੁਣ ਲਿਆ, ਵਿਚਾਰ ਕਰੀ। ਪਿਰ ਸੰਗ ਮੂਠੜੀਏ, ਮੂਠੜੀਏ ਤੋਂ ਭਾਵ ਹੈ ਹੇ ਠੱਗੀ ਹੋਈ ਜੀਵ ਇਸਤਰੀ, ਜਿਹੜੀ ਪਰਮਾਤਮਾ ਦੇ ਪਿਆਰ ਵੱਲੋਂ ਟੁੱਟੀ ਹੋਈ। ਪਰ ਅਫਸੋਸ ਦੀ ਗੱਲ ਇਹ ਹੈ, ਖਬਰ ਨਾ ਪਾਈਆ ਜੀਓ, ਤੈਨੂੰ ਸਮਝ ਹੀ ਨਹੀਂ ਆਈ ਕਿ ਮੈਂ ਆਪਣੇ ਪਰਮਾਤਮਾ ਪਤੀ ਤੋਂ ਟੁੱਟ ਗਈ। ਫਿਰ ਸੰਗ ਮੂਠੜੀਏ, ਖਬਰ ਨਾ ਪਾਈਆ ਜੀਓ। ਖਬਰ ਦਾ ਮਤਲਬ ਹੁੰਦਾ ਸਮਝ ਨਾ ਪੈਣੀ, ਸੋਝੀ ਨਾ ਆਉਣੀ। ਕਈ ਬੰਦਿਆਂ ਦਾ ਜੀਵਨ ਦੇਖੀਦਾ, ਜਵਾਨੀ ਵੀ ਬੀਤ ਗਈ, ਬੁਢਾਪਾ ਵੀ ਬੀਤ ਗਿਆ, ਹਾਲੀ ਵੀ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਕਰਮ ਬੜੇ ਕੋਲ, ਕਦੇ ਰੱਬ ਦਾ ਨਾਮ ਚੇਤੇ ਨਹੀਂ ਲੈਂਦੇ। ਸੱਚਮੁੱਚ ਵਿਚਾਰ ਕੇ ਦੇਖੀਏ, ਕਿਉਂਕਿ ਏਕਾ ਪੁਰਖ ਸਬਾਈ ਨਾਰ, ਪਰਮਾਤਮਾ ਇੱਕ ਪੁਰਖ ਹੈ, ਸਭ ਸੰਸਾਰ ਦੇ ਜੀਵ ਇਸਤਰੀ ਰੂਪ ਹਨ। ਬਾਣੀ ਗੁਰੂ ਜੀ ਬਾਰ ਬਾਰ ਕਹਿੰਦੇ ਨੇ, ਇਸਤਰੀ ਰੂਪ ਚੇਰੀ ਕੀ ਨਿਆਈ, ਸ਼ੋਭ ਨਹੀਂ ਬਿਨ ਭਰਤਾਰੇ। ਜਦੋਂ ਤੀਕਰ ਇਸਤਰੀ ਦਾ ਪਤੀ ਨਾਲ ਮਿਲਾਪ ਨਹੀਂ ਹੁੰਦਾ, ਉਹ ਕਦੇ ਸੁਹਾਗਣ ਨਹੀਂ ਬਣ ਸਕਦਾ, ਉਹਨੂੰ ਸੁਹਾਗਵੰਤੀ ਨਹੀਂ ਕਿਹਾ ਜਾ ਸਕਦਾ। ਜੀਵ ਇਸਤਰੀ ਦੀ ਇਹ ਅਵਸਥਾ ਦੇਖ ਕੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਪਹਿਲੀ ਪੰਗਤੀ ਵਿੱਚ ਹੀ ਕਹਿੰਦੇ ਨੇ, ਪਿਰ ਸੰਗ ਮੂਠੜੀਏ, ਹੇ ਜੀਵ ਇਸਤਰੀ, ਪਰਮਾਤਮਾ ਤੇ ਤੇਰੇ ਨਾਲ ਹੈ। ਪਿਰ ਸੰਗ, ਸੰਗ ਦੇ ਗੱਗੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਪਰਮਾਤਮਾ ਤੇਰੇ ਨਾਲ ਹੈ। ਮੂਠੜੀਏ,
ਪਰ ਤੂੰ ਇਹਨਾਂ ਦੁਨਿਆਵੀ ਪਦਾਰਥਾਂ ਵਿੱਚ ਠੱਗੀ ਗਈ। ਖਬਰ ਨਾ ਪਾਈਆ ਜੀਓ, ਫਿਰ ਤੈਨੂੰ ਹੋਸ਼ ਨਹੀਂ ਆਈ, ਤੂੰ ਹਾਲੀ ਵੀ ਨਹੀਂ ਜਾਗੀ, ਤੂੰ ਹਾਲੀ ਵੀ ਨਹੀਂ ਸੰਭਲਦੀ। ਫਿਰ ਕਹਿੰਦੇ ਨੇ ਤੇਰਾ ਵੀ ਕਸੂਰ ਨਹੀਂ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਮਸਤਕ ਦੇ ਕੱਕੇ ਨੂੰ ਸਿਆਰੀ ਹੈ, ਤੇਰੇ ਮੱਥੇ ਉੱਤੇ ਜੋ ਲੇਖ ਲਿਖਿਆ ਹੋਇਆ, ਅਤੇ ਲੇਖ ਕੀ ਲਿਖਿਆ? ਜੋ ਤੂੰ ਪੁਰਬ ਕਮਾਏ, ਜੋ ਤੇਰੀ ਪੁਰਬਲੇ ਜਨਮ ਦੀ ਕੀਤੀ ਹੋਈ ਕਮਾਈ। ਬਹੁਤ ਡੂੰਘੀ ਗੱਲ ਹੈ। ਫਿਰ ਸੰਗਮ ਉੱਠੜੀਏ, ਪਰਮਾਤਮਾ ਤੇ ਨਾਲ ਹੈ ਪਰ ਜੀਵ ਇਸਤਰੀ ਭੁੱਲੀ ਹੋਈ। ਫਿਰ ਇਹਨੂੰ ਹੋਸ਼ ਵੀ ਨਹੀਂ ਆਈ। ਫਿਰ ਕਹਿੰਦੇ ਨੇ ਤੇਰਾ ਵੀ ਕਸੂਰ ਨਹੀਂ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਇਹ ਜਿਹੜਾ ਤੇਰੇ ਮੱਥੇ 'ਤੇ ਲਿਖਿਆ ਲੇਖ, ਜੋ ਤੂੰ ਪੁਰਬ ਕਮਾਇਆ, ਪਹਿਲੇ ਜਨਮ ਵਿੱਚ ਕਮਾਇਆ, ਇਹ ਮਿਟ ਨਹੀਂ ਸਕਦਾ। ਕਿਆ ਜਾਣਾ ਕਿਆ ਹੋਸੀ, ਤੈਨੂੰ ਇਹ ਵੀ ਪਤਾ ਨਹੀਂ ਕਿ ਅੱਗੇ ਜਾ ਕੇ ਪਰਲੋਕ ਵਿੱਚ ਕੀ ਬਣੇਗਾ, ਕਿਉਂਕਿ ਹੁਣ ਵੀ ਗੁਣੀ ਆਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੋਸੀ। ਹੁਣ ਵੀ ਤੂੰ ਉਹ ਗੁਣ, ਉਹ ਆਚਾਰ, ਉਹ ਜੀਵਨ ਜਾਚ ਨਹੀਂ ਸਿੱਖ ਰਹੀ, ਗੁਰੂ ਦੀ ਸੰਗਤ ਨਹੀਂ ਕਰ ਰਹੀ, ਔਰ ਨਾ ਤੈਨੂੰ ਪਰਮਾਤਮਾ ਪਤੀ ਦਾ ਪਿਆਰ ਮਿਲੇ। ਨਤੀਜਾ ਕੀ ਨਿਕਲੇਗਾ? ਅਵਗੁਣ ਬਹਿ ਬਹਿ ਰੋਸੀ। ਇਹਨਾਂ ਔਗੁਣਾਂ ਕਰਕੇ, ਇਹਨਾਂ ਗਲਤੀਆਂ ਕਰਕੇ ਤੂੰ ਬਹਿ ਬਹਿ ਕੇ ਰੋਵੇਂਗੀ, ਚੂਰੇਂਗੀ। ਅਤੇ ਜਿਨ੍ਹਾਂ ਚੀਜ਼ਾਂ ਦੇ ਪਿਆਰ ਵਿੱਚ ਲੱਗ ਕੇ ਤੂੰ ਪਰਮਾਤਮਾ ਪਤੀ ਨੂੰ ਭੁਲਾਇਆ, ਧਨ ਜੋਬਨ ਆਕ ਕੀ ਛਾਇਆ। ਇਹ ਧਨ ਦੌਲਤ, ਇਹ ਜੋਬਨ ਜਵਾਨੀ, ਇਹ ਤਾਂ ਅੱਕ ਦੀ ਛਾਂ ਵਰਗੇ ਹਨ। ਸਾਧ ਸੰਗਤ, ਅੱਕ ਦੀ ਛਾਂ ਕੀ ਹੁੰਦੀ? ਅੱਕ ਦਾ ਬੂਟਾ ਬਹੁਤ ਛੋਟਾ ਹੁੰਦਾ, ਉਹਦੀ ਛਾਂ ਦੇ ਥੱਲੇ ਕੋਈ ਬਹੁਤੀ ਦੇਰ ਤੱਕ ਸੁਖੀ ਨਹੀਂ ਰਹਿ ਸਕਦਾ। ਪਹਿਲੀ ਗੱਲ ਤਾਂ ਅੱਕ ਦੇ ਬੂਟੇ ਦੀ ਛਾਂ ਹੀ ਕਿੰਨੀ ਕੁ ਹੁੰਦੀ ਹੈ, ਫਿਰ ਉਹ ਥੋੜ੍ਹੇ ਸਮੇਂ ਬਾਅਦ ਬਦਲ ਜਾਂਦੀ। ਆਖਿਆ ਇਹ ਜਿਹੜਾ ਧਨ ਦੀ ਮਸਤੀ ਹੈ, ਇਹ ਜਿਹੜੀ ਜੋਬਨ ਦੀ ਮਸਤੀ ਹੈ, ਇਹ ਅੱਕ ਦੀ ਛਾਂ ਵਰਗੀ, ਭਾਵ ਟੈਂਪਰੇਰੀ ਹੈ। ਧਨ ਜੋਬਨ ਆਕ ਕੀ ਛਾਇਆ, ਬਿਰਧ ਪਏ ਦਿਨ ਪੁੰਨਿਆ। ਜਦੋਂ ਵਡੇਪਾ ਆ ਗਿਆ, ਜਦੋਂ ਦਿਨ ਪੂਰੇ ਹੋ ਗਏ, ਇਹ ਨਾ ਧਨ ਰਹਿਣਾ ਨਾ ਜਵਾਨੀ ਰਹਿਣੀ। ਨਾਨਕ ਨਾਮ ਬਿਨਾ ਦੋਹਾਗਣ। ਨਾਨਕ ਜੀ ਫਰਮਾਉਂਦੇ ਨੇ, ਹੇ ਜੀਵ ਇਸਤਰੀ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਤੂੰ ਦੋਹਾਗਣ ਹੈ, ਤੂੰ ਦੁਖੀ ਰਹੇਂਗੀ। ਛੂਟੀ ਝੂਠ ਵਿਛੁੰਨਿਆ, ਇਸ ਝੂਠ ਕਰਕੇ ਤੂੰ ਵਿਛੜੀ ਹੋਈ ਅਤੇ ਆਪਣੇ ਪਰਮਾਤਮਾ ਪਤੀ ਦੀ ਪਿਆਰ ਮਾਣਨ ਤੋਂ ਵੀ ਤੂੰ ਛੁੱਟੜ ਹੈ। ਇਹ ਹੈ ਪਹਿਲਾ ਪਦ। ਦੂਜੇ ਪਦ ਵਿੱਚ ਫਿਰ ਪਾਤਸ਼ਾਹ ਸੁੱਤਿਆਂ ਨੂੰ ਜਗਾਉਂਦੇ ਨੇ। ਬੁੱਢੀ ਘਰ ਘਾਲਿਓ, ਗੁਰ ਕਹਿ ਬਹਾਏ ਚਲੋ। ਆਮ ਤੌਰ 'ਤੇ ਬਜ਼ੁਰਗ ਲੋਕ ਬੱਚੀਆਂ ਨੂੰ ਕਹਿੰਦੇ ਨੇ, ਨੀ ਡੁੱਬ ਗਈਏ, ਨੀ ਭੁੱਲ ਗਈਏ। ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਇਸ ਜੀਵ ਇਸਤਰੀ ਨੂੰ
ਉਸੇ ਤਰ੍ਹਾਂ ਸੰਬੋਧਨ ਕਰਦੇ, ਬੁੱਢੀ ਘਰ ਕਰ ਲਿਓ, ਹੇ ਡੁੱਬ ਜਾਣੀ ਹੈ ਤੂੰ ਆਪਣਾ ਘਰ ਕਰ ਲਿਆ, ਭਾਵ ਆਪਣੇ ਅੱਗੇ ਨੂੰ ਨਹੀਂ ਸਵਾਰਿਆ। ਮੈਂ ਅੱਜ ਵੀ ਤੈਨੂੰ ਕਹਿਣਾ, ਗੁਰ ਕਹਿ ਭਾਏ ਚਲੋ, ਗੁਰੂ ਦੇ ਦੱਸੇ ਰਾਹ 'ਤੇ ਚੱਲਣਾ ਕਰ। ਸਾਚਾ ਨਾਮ ਧਿਆਏ ਭਾਵੇਂ ਸੁੱਖ ਮਹਿਲੋ। ਇਸ ਜਵਾਨੀ ਦੀ ਮਸਤੀ ਵਿੱਚ, ਇਸ ਧਨ ਦੌਲਤ ਦੀ ਮਸਤੀ ਵਿੱਚ ਲੱਗ ਕੇ ਪਰਮਾਤਮਾ ਨੂੰ ਨਾ ਭੁਲਾ, ਬਲਕਿ ਸਾਚਾ ਨਾਮ ਧਿਆਏ ਭਾਵੇਂ ਸੁੱਖ ਮਹਿਲੋ। ਆਖਿਆ ਤੂੰ ਪਰਮਾਤਮਾ ਦੇ ਸੱਚੇ ਨਾਮ ਨੂੰ ਧਿਆਉਣਾ ਕਰ, ਅਤੇ ਉਸ ਪਰਮਾਤਮਾ ਪਤੀ ਦੇ ਸਰੂਪ ਵਿੱਚ ਟਿਕ ਕੇ ਸੱਚਾ ਸੁੱਖ ਮਾਣ। ਹਰ ਨਾਮ ਧਿਆਏ ਤਾਂ ਸੁੱਖ ਪਾਏ, ਪਈ ਅੜੈ ਦਿਨ ਚਾਰੇ। ਜੇ ਤੂੰ ਸੱਚਾ ਅਤੇ ਸਦੀਵੀ ਸੁੱਖ ਪ੍ਰਾਪਤ ਕਰਨਾ ਤਾਂ ਇਸ ਮਨੁੱਖਾ ਜਨਮ ਵਿੱਚ ਹਰੀ ਦੇ ਨਾਮ ਨੂੰ ਧਿਆਉਣਾ ਕਰ। ਇਹ ਜਿਹੜਾ ਪੇਕਾ ਘਰ ਹੈ ਨਾ, ਇਹ ਜਿਹੜੇ ਮਾਤ ਲੋਕ ਦੇ ਸੁੱਖ ਨੇ, ਇਹ ਚਾਰ ਦਿਨਾਂ ਦੀ ਖੇਡ ਹੈ। ਕਿਉਂਕਿ ਪੇਵਕੜੈ ਘਰ ਚਾਰ ਹੈ ਸੌ ਹੁਰੜੈ ਜਾਣਾ। ਹਰ ਧੀ ਨੇ ਪੇਕਾ ਘਰ ਛੱਡ ਕੇ ਸਹੁਰੇ ਘਰ ਪਤੀ ਘਰ ਜਾਣਾ। ਇਹ ਜਿਹੜੀ ਦੁਨੀਆ ਹੈ ਇਹ ਸਾਡਾ ਪੇਕਾ ਘਰ ਹੈ, ਜਿਹੜਾ ਪਰਮਾਤਮਾ ਦਾ ਘਰ ਹੈ ਉਹ ਸਹੁਰਾ ਘਰ। ਤੋ ਪਾਤਸ਼ਾਹ ਸਮਝਾਉਂਦੇ ਨੇ, ਬੁੱਢੀ ਘਰ ਘਰ ਲਿਓ, ਗੁਰ ਕਹਿ ਭਾਏ ਚਲੋ, ਸਾਚਾ ਨਾਮ ਧਿਆਏ ਭਾਵੇਂ ਸੁੱਖ ਮਹਿਲੋ। ਹਰ ਨਾਮ ਧਿਆਏ ਤਾਂ ਸੁੱਖ ਪਾਏ, ਪਈ ਅੜੈ ਦਿਨ ਚਾਰੇ। ਇੱਥੇ ਚਾਰ ਦਿਨਾਂ ਦੀਆਂ ਮੌਜਾਂ ਹਨ। ਨਿਜ ਘਰ ਜਾਏ ਬਹਿ ਸੱਚ ਪਾਏ, ਅੰਨ ਦਿਨ ਨਾਲ ਪਿਆਰੇ। ਜੇ ਤੂੰ ਗੁਰੂ ਦੇ ਦੱਸੇ ਰਾਹ 'ਤੇ ਚੱਲੇਂਗੀ, ਜੇ ਤੂੰ ਇਸ ਧਨ ਜੋਬਨ ਦੀ ਮਸਤੀ ਵਿੱਚ ਫਸਣ ਦੀ ਬਜਾਏ ਪਰਮਾਤਮਾ ਵੱਲ ਧਿਆਨ ਦੇਂਗੀ, ਉਹਦਾ ਰਿਜ਼ਲਟ ਕੀ ਹੋਵੇਗਾ? ਨਿਜ ਘਰ ਜਾਏ ਬਹਿ ਸੱਚ ਪਾਏ, ਤੈਨੂੰ ਆਪਣੇ ਸਰੂਪ ਦੀ ਲਖਤਾ ਹੋ ਜਾਏਗੀ, ਤੂੰ ਸੱਚੇ ਘਰ ਵਿੱਚ ਨਿਵਾਸ ਕਰੇਂਗੀ। ਅਣ ਦਿਨ ਨਾਲ ਪਿਆਰੋ, ਅਤੇ ਉਸ ਪਰਮਾਤਮਾ ਦੇ ਨਾਲ ਤੇਰਾ ਦਿਨੇ ਰਾਤੀ ਪਿਆਰ ਲੱਗ ਜਾਏਗਾ। ਵਿਣ ਭਗਤੀ ਘਰ ਵਾਸ ਨਾ ਹੋਵੀ, ਸੁਣਿਓ ਲੋਕ ਸਭਾਏ। ਹੇ ਸਾਰੇ ਲੋਕੋ, ਕੰਨ ਖੋਲ ਕੇ ਸੁਣੋ, ਬਿਨਾਂ ਪਰਮਾਤਮਾ ਦੀ ਸੱਚੀ ਭਗਤੀ ਕਰਨ ਤੋਂ ਘਰ ਵਾਸ ਨਾ ਹੋਵੀ, ਆਪਣੇ ਸਰੂਪ 'ਚ ਟਿਕਾਣਾ ਨਹੀਂ ਮਿਲੇਗਾ। ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸੱਚ ਹੈ ਨਾਏ। ਨਾਨਕ ਜੀ ਫਰਮਾਉਂਦੇ, ਉਦੋਂ ਇਹ ਜੀਵ ਇਸਤਰੀ ਸਹਿਤ ਰਸਤੇ ਹੋਵੇ, ਫਿਰ ਇਸ ਨੂੰ ਪਿਆਰੇ ਪਤੀ ਦਾ ਪਿਆਰ ਮਿਲੇਗਾ। ਜਦੋਂ ਰਾਤੀ ਸੱਚ ਹੈ ਨਾਏ, ਸੱਚੇ ਨਾਮ ਵਿੱਚ ਰੰਗੀ ਜਾਏਗਾ। ਹੁਣ ਤੀਜੇ ਪਦ ਵਿੱਚ ਫਰਮਾਉਂਦੇ ਨੇ, ਫਿਰ ਧਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ। ਆਖਿਆ ਪਿਰ ਧਨ ਭਾਵੈ, ਜਦੋਂ ਪਰਮਾਤਮਾ ਪਤੀ ਨੂੰ ਜੀਵ ਰੂਪ ਇਸਤਰੀ, ਇੱਥੇ ਧਨ ਦਾ ਨੰਨਾ ਮੁਕਤਾ ਇਸਤਰੀ ਲਈ, ਪਿਰ ਧਨ ਭਾਵੈ, ਜਦੋਂ ਜੀਵ ਇਸਤਰੀ ਪਰਮਾਤਮਾ ਪਤੀ ਨੂੰ ਪਾ ਜਾਏ, ਪਿਰ ਧਨ ਭਾਵੈ ਤਾਂ ਪਿਰ ਭਾਵੈ, ਪਿਆਰ ਦੋਹੀ ਪਾਸੀ ਹੈ।
ਜਦੋਂ ਜੀਵ ਇਸਤਰੀ ਪਰਮਾਤਮਾ ਪਤੀ ਨੂੰ ਪਿਆਰ ਕਰੇਗੀ, ਫਿਰ ਇਹ ਪਰਮਾਤਮਾ ਪਤੀ ਨੂੰ ਪਾ ਜਾਏਗੀ। ਫਿਰ ਧਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਉ, ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ। ਰੰਗ ਦੇ ਗੱਗੇ ਨੂੰ ਸਿਆਰੀਏ, ਪ੍ਰੀਤਮ ਦੇ ਰੰਗ ਵਿੱਚ ਰੱਤੀ ਜਾਏਗੀ। ਕਦੋਂ? ਗੁਰ ਕੈ ਸ਼ਬਦ ਵਿਚਾਰੀ ਜੀਉ, ਜਦੋਂ ਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰੇ। ਸੱਚਮੁੱਚ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਰਹੇ ਹਾਂ, ਗੁਰਬਾਣੀ ਨੂੰ ਰੁਮਾਲੇ ਪੇਟ ਕਰ ਰਹੇ ਹਾਂ, ਪਰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰ ਰਹੇ। ਅੱਜ ਜਿਸ ਤਰ੍ਹਾਂ ਗਿਣਤੀ ਮਿਣਤੀ ਦੇ ਪਾਠ ਹੋ ਰਹੇ ਨੇ, ਲੜੀਆਂ ਚੱਲ ਰਹੀਆਂ ਨੇ, ਪੰਜ ਪੰਜ ਦਸ ਦਸ ਸਾਲ ਦੀ ਬੁਕਿੰਗ ਹੋਈ ਹੋਈ ਹੈ, ਪਰ ਬਾਣੀ ਨੂੰ ਵਿਚਾਰਿਆ ਨਹੀਂ ਜਾ ਰਿਹਾ, ਬਾਣੀ ਨੂੰ ਸੁਣਿਆ ਨਹੀਂ ਜਾ ਰਿਹਾ। ਗੁਰੂ ਪਾਤਸ਼ਾਹ ਕਹਿ ਰਹੇ ਨੇ, ਫਿਰ ਧਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਉ, ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ। ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਵ ਨਿਵ ਭਗਤ ਕਰੇ। ਗੁਰ ਸ਼ਬਦ ਵਿਚਾਰੀ, ਜਿਸ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ। ਨਾ ਪਿਆਰੀ, ਨਾ ਦਾ ਮਤਲਬ ਹੈ ਖਸਮ, ਪਰਮਾਤਮਾ ਨੂੰ ਚੰਗੀ ਲੱਗੀ, ਬਸ ਫਿਰ ਕੀ ਹੈ। ਨਿਵ ਨਿਵ ਭਗਤ ਕਰੇ, ਭਗਤ ਦੇ ਤੱਤੇ ਨੂੰ ਸਿਆਰੀਏ, ਉਹ ਨਿਵ ਨਿਵ ਕੇ, ਲਿਫ ਲਿਫ ਕੇ, ਚੁੱਕ ਚੁੱਕ ਕੇ, ਹੰਕਾਰ ਛੱਡ ਕੇ ਭਗਤੀ ਕਰਦੀ, ਅਤੇ ਜਿਉਂ ਜਿਉਂ ਭਗਤੀ ਕਰਦੀ ਹੈ, ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇ। ਉਹ ਪਿਆਰਾ ਪ੍ਰੀਤਮ ਉਹਦੇ ਅੰਦਰੋਂ ਮਾਇਆ ਦੇ ਮੋਹ ਨੂੰ ਜਲਾਏ ਸਾੜ ਦਿੰਦਾ, ਔਰ ਰਸਮੈ ਰੰਗ ਕਰੇ, ਉਹ ਫਿਰ ਪਰਮਾਤਮਾ ਦੇ ਰਸ ਵਿੱਚ ਰੰਗ ਮਾਣਦੀ ਹੈ। ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਪਈ ਮਨ ਮਾਰੀ। ਫਿਰ ਪ੍ਰਭੂ ਦੇ ਨਾਲ ਰੰਗੀ ਹੋਈ, ਰੰਗ ਰੰਗੇ, ਉਹਦੇ ਰੰਗ ਵਿੱਚ ਰੰਗੀ, ਲਾਲ ਬਹੀ, ਉਹਨੂੰ ਲਾਲ ਰੰਗ ਚੜ ਜਾਂਦਾ। ਗੁਰਬਾਣੀ ਵਿੱਚ ਪਰਮਾਤਮਾ ਦੇ ਸੱਚੇ ਪਿਆਰ ਨੂੰ ਲਾਲ ਰੰਗ ਨਾਲ ਤੁਲਨਾ ਦਿੱਤੀ। ਲਾਲ ਰੰਗ ਤਿਸਕੂ ਲਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇ। ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਬਹੀ ਮਨ ਮਾਰੀ। ਉਹ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੁਆਰਾ ਭੈੜੇ ਪਾਸੇ ਜਾਣ ਤੋਂ ਮਾਰ ਲੈਂਦੀ। ਨਾਨਕ ਸਾਚ ਵਸੀ ਸੁਹਾਗਣ ਫਿਰ ਸਿਉਂ ਪ੍ਰੀਤ ਪਿਆਰੀ। ਨਾਨਕ ਜੀ ਫਰਮਾਉਂਦੇ ਨੇ, ਸਾਚ ਵਸੀ ਸੁਹਾਗਣ, ਸਾਚ ਦੇ ਚੱਚੇ ਨੂੰ ਸਿਆਰੀ, ਉਹ ਸੱਚੇ ਦੇ ਪਿਆਰ ਵਿੱਚ ਵਸੀ, ਵਸ ਗਈ, ਉਹ ਸੁਹਾਗਣ ਬਣ ਗਈ। ਫਿਰ ਸਿਉਂ ਪ੍ਰੀਤ ਪਿਆਰੀ, ਉਸ ਦੀ ਆਪਣੇ ਪਿਆਰੇ ਪਤੀ ਪਰਮਾਤਮਾ ਨਾਲ ਪ੍ਰੀਤ ਬਣ ਗਈ, ਔਰ ਉਹ ਪ੍ਰਭੂ ਦੀ ਪ੍ਰੀਤ ਦੀ ਪਿਆਰੀ ਬਣ ਗਈ। ਫਿਰ ਘਰ ਸੋ ਹੈ ਨਾਰ ਜੇ ਫਿਰ ਭਾਵੇ ਜੀਉ। ਆਖਿਆ ਪਤੀ ਦੇ ਘਰ ਉਹੀ ਇਸਤਰੀ ਸੋਭਾ ਪਾਉਂਦੀ ਜਿਹੜੀ ਆਪਣੇ ਪਤੀ ਨੂੰ ਚੰਗੀ ਲੱਗਦੀ।
ਪਿਰ ਘਰ ਸੋ ਹੈ ਨਾਰ, ਜੇ ਪਿਰ ਭਾਵੇ ਜੀਉ। ਝੂਠੇ ਵਹਿਣ ਚਵੇ ਕਾਮਨਾ ਆਵੇ ਜੀਉ। ਜਿਹੜੇ ਦਿਖਾਵਾ ਕਰਦੇ ਨੇ, ਪਖੰਡ ਕਰਦੇ ਨੇ, ਉੱਤੋਂ ਉੱਤੋਂ ਕਹਿੰਦੇ ਨੇ ਅਸੀਂ ਰੱਬ ਨੂੰ ਮਿਲੇ ਹੋਏ ਹਾਂ, ਅਸੀਂ ਰੱਬ ਦੇ ਦਰਸ਼ਨ ਕੀਤੇ ਹੋਏ ਨੇ, ਪਾਤਸ਼ਾਹ ਕਹਿੰਦੇ ਨਹੀਂ। ਝੂਠੇ ਵਹਿਣ ਚਵੇ, ਚਵੇ ਦਾ ਮਤਲਬ ਬੋਲਣਾ, ਉਹਨਾਂ ਦੇ ਉਹ ਝੂਠੇ ਕੀਤੇ ਹੋਏ ਬੋਲ ਕਾਮਨਾ ਆਵੇ ਜੀਉ, ਉਹ ਕਿਸੇ ਕੰਮ ਨਹੀਂ ਆਉਂਦੇ। ਝੂਠ ਅਲਾਵੇ ਕਾਮਨਾ ਆਵੇ ਨਾ ਪਿਰ ਦੇਖੇ ਨੈਣੀ, ਉਹ ਉੱਤੋਂ ਤੇ ਕਹੀ ਜਾਂਦੇ ਅਸੀਂ ਰੱਬ ਨੂੰ ਮਿਲੇ ਹੋਏ ਹਾਂ, ਅਸੀਂ ਰੱਬ ਦੇ ਦਰਸ਼ਨ ਕਰ ਰਹੇ, ਪਰ ਪਾਤਸ਼ਾਹ ਕਹਿੰਦੇ ਨਹੀਂ, ਉਹਨਾਂ ਦਾ ਇਹ ਝੂਠ ਬੋਲਿਆ ਕਿਸੇ ਕੰਮ ਨਹੀਂ ਆਉਂਦਾ। ਉਹ ਕਦੇ ਵੀ ਪਰਮਾਤਮਾ ਨੂੰ ਇਹਨਾਂ ਨੇਤਰਾਂ ਨਾਲ ਦਰਸ਼ਨ ਨਹੀਂ ਕਰ ਸਕਦੇ। ਅਵਗੁਣਿਆਰੀ ਕੰਤ ਵਿਸਾਰੀ ਛੁੱਟੀ ਵਿਦਣ ਰਹਿਣੀ, ਇਹੋ ਜਿਹੀ ਔਗੁਣਾਰੀ ਇਸਤਰੀ ਜੋ ਹੈ ਉਹਨੂੰ ਕੰਤ ਨੇ ਵਿਸਾਰ ਦਿੱਤਾ। ਕੰਤ ਦੇ ਤੱਤੇ ਨੂੰ ਸਿਆਰੀ ਹੈ, ਔਰ ਜਿਸ ਨੂੰ ਕੰਤ ਨੇ ਭੁਲਾ ਦਿੱਤਾ, ਵਿਸਾਰ ਦਿੱਤਾ, ਛੁੱਟੀ ਵਿਦਣ ਰਹਿਣੀ, ਉਹ ਛੁੱਟੜ ਹੋ ਗਈ, ਉਹਦੀ ਜ਼ਿੰਦਗੀ ਰੂਪੀ ਰਾਤ ਬੜੇ ਦੁੱਖਾਂ ਨਾਲ ਬੀਤੀ। ਗੁਰ ਸ਼ਬਦ ਨਾ ਮੰਨੈ ਫਾਹੀ ਫਾਥੀ, ਸਾਧਨ ਮਹਿਲ ਨਾ ਪਾਏ। ਆਖਿਆ ਜਿਹੜੀ ਗੁਰੂ ਦੇ ਸ਼ਬਦ ਨੂੰ ਨਹੀਂ ਮੰਨਦੀ, ਭਾਵ ਗੁਰੂ ਦੇ ਸ਼ਬਦ ਕਹਿਣੇ ਵਿੱਚ ਨਹੀਂ ਚੱਲਦੇ, ਉਹ ਫਾਹੀ ਫਾਥੀ, ਉਹ ਜਮਾਂ ਦੀ ਫਾਹੀ ਵਿੱਚ ਫਸ ਜਾਂਦੀ। ਔਰ ਸਾਧਨ, ਉਹ ਇਸਤਰੀ ਆਪਣੇ ਪਤੀ ਦਾ ਘਰ ਸਰੂਪ ਨਹੀਂ ਪਾ ਸਕਦੀ। ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ। ਨਾਨਕ ਜੀ ਫਰਮਾਉਂਦੇ ਨੇ ਜਿਹੜੀ ਗੁਰਮੁਖ ਹੈ, ਗੁਰੂ ਦੇ ਦੱਸੇ ਰਾਹ 'ਤੇ ਚੱਲਦੀ ਹੈ, ਉਹ ਆਪੇ ਆਪ ਪਛਾਣੇ, ਉਹ ਆਪਣੇ ਸਰੂਪ ਨੂੰ ਪਛਾਣ ਲੈਂਦੀ। ਤਥਾ ਆਪਣੇ ਅੰਦਰ ਵਸਦੇ ਪਰਮਾਤਮਾ ਪਤੀ ਨਾਲ ਸਾਂਝ ਪਾ ਲੈਂਦੇ, ਔਰ ਸਹਿਜ ਸਮਾਏ, ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦੇ। ਧੰਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ। ਲਓ ਹੁਣ ਪੰਜਵੇਂ ਪਦ ਵਿੱਚ ਪਾਤਸ਼ਾਹ ਨਿਚੋੜ ਕਰਦੇ, ਉਹ ਇਸਤਰੀ ਸੁਹਾਗਣ ਕਹੀ ਜਾਣੀ, ਜਿਸ ਇਸਤਰੀ ਨੇ ਇਸ ਮਨੁੱਖਾ ਜੀਵਨ ਵਿੱਚ ਉਸ ਪਤੀ ਪਰਮਾਤਮਾ ਨੂੰ ਜਾਣ ਲਿਆ, ਉਹ ਇਸਤਰੀ, ਉਹ ਨਾਰੀ ਧੰਨ ਕਹਿਣ ਦੇ ਲਾਇਕ ਹੈ, ਤਥਾ ਸੁਹਾਗਣ ਹੈ। ਧੰਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ, ਨਾਮ ਬਿਨਾਂ ਕੂੜਿਆਰ ਕੂੜ ਕਮਾਣਿਆ ਜੀਉ। ਪਰਮਾਤਮਾ ਦੇ ਸੱਚੇ ਨਾਮ ਨੂੰ ਜਪੇ ਤੋਂ ਬਿਨਾਂ ਉਹ ਕੂੜਿਆਰ ਹੈ, ਝੂਠੀ ਹੈ, ਔਰ ਉਸਨੇ ਜੋ ਕੁਝ ਜੀਵਨ ਵਿੱਚ ਕਮਾਇਆ ਉਹ ਵੀ ਕੂੜ ਹੀ ਕਮਾਇਆ। ਹਰ ਭਗਤ ਸੁਹਾਵੀ ਸਾਚੇ ਬਹਾਵੀ, ਪਾਏ ਭਗਤ ਪ੍ਰਭ ਰਾਤੀ। ਹਰ ਭਗਤ, ਭਗਤ ਦੇ ਤੱਤੇ ਨੂੰ ਸਿਆਰੀਏ, ਜਿਸ ਜੀਵ ਇਸਤਰੀ ਨੇ ਮਨੁੱਖਾ ਜਨਮ ਦੇ ਅੰਦਰ ਹਰੀ ਦੀ ਭਗਤੀ ਕੀਤੀ, ਉਹ ਸੁਹਾਵੀ, ਸੋਹਣੀ ਹੋ ਗਈ, ਸੁੰਦਰ ਬਣ ਗਈ, ਔਰ ਸਾਚੇ ਬਹਾਵੀ, ਉਹ ਸੱਚੇ ਪਰਮਾਤਮਾ ਨੂੰ ਚੰਗੀ ਲੱਗੀ। ਪਾਏ ਭਗਤ ਪ੍ਰਭ ਰਾਤੀ, ਔਰ ਪ੍ਰੇਮਾ ਭਗਤੀ ਕਰਨ ਕਰਕੇ ਉਹ ਆਪਣੇ ਪ੍ਰਭੂ ਦੇ ਰੰਗ ਵਿੱਚ ਰਾਤੀ ਰੰਗੀ ਗਈ। ਪਿਰ ਰਲੀ ਆਲਾ ਜੋਬਨ ਬਾਲਾ,
ਤਿਸਰਾਵੇ ਰੰਗ ਰਾਤੀ, ਆਖਿਆ ਉਹ ਪਿਰ ਪਰਮਾਤਮਾ ਜੋ ਰਲੀ ਆਲਾ, ਰਲੀਆਂ ਮਾਣਨ ਵਾਲਾ ਤਥਾ ਬੜਾ ਰੰਗੀਲਾ ਹੈ, ਜੋਬਨ ਵਾਲਾ ਜਿਹੜਾ ਸਦਾ ਹੀ ਜਵਾਨ ਰਹਿਣ ਵਾਲਾ, ਤਿਸ ਰਾਵੇ ਰੰਗ ਰਾਤੀ, ਉਸ ਜੀਵ ਇਸਤਰੀ ਨੂੰ ਉਹ ਰਾਵੇ ਮਾਣਦਾ ਹੈ, ਪਿਆਰ ਦਿੰਦਾ, ਜਿਹੜੀ ਉਹਦੇ ਰੰਗ ਵਿੱਚ ਰੱਤੀ ਹੋਈ। ਅਖੀਰ ਵਿੱਚ ਮਹਾਰਾਜ ਕਹਿੰਦੇ ਗੁਰ ਸ਼ਬਦ ਵਿਗਾਸੀ, ਗੁਰ ਸ਼ਬਦ ਵਿਗਾਸੀ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਗੁਰੂ ਦੇ ਸ਼ਬਦ ਦੇ ਲੜ ਲੱਗ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਵਿਗਾਸੀ ਖਿੜ ਗਈ। ਸੌਰਾ ਵਾਸੀ ਉਹ ਆਪਣੇ ਪਤੀ ਪਰਮਾਤਮਾ ਨੂੰ ਰਾਮ ਦੀ ਹੈ, ਮਾਣਦੀ ਹੈ, ਫਲ ਪਾਇਆ ਗੁਣਕਾਰੀ, ਉਸ ਨੇ ਮਨੁੱਖਾ ਜੀਵਨ ਦੇ ਅੰਦਰ ਉਹ ਗੁਣਕਾਰੀ ਫਲ ਪ੍ਰਾਪਤ ਕਰ ਲਏ, ਭਾਵ ਆਪਣੇ ਪਤੀ ਦਾ ਮਿਲਾਪ ਪ੍ਰਾਪਤ ਕਰ। ਨਾਨਕ ਸਾਚ ਮਿਲੇ ਵਡਿਆਈ, ਪਿਰ ਘਰ ਸੋ ਹੈ ਨਾਰੀ, ਨਾਨਕ ਜੀ ਫਰਮਾਉਂਦੇ ਨੇ ਇਸ ਤਰ੍ਹਾਂ ਉਹ ਜੀਵ ਇਸਤਰੀ ਸਾਚ ਮਿਲੇ ਸੱਚੇ ਨੂੰ ਮਿਲ ਜਾਂਦੀ ਹੈ, ਔਰ ਵਡਿਆਈ ਉਸਦੀ ਸੋਭਾ ਹੁੰਦੀ ਹੈ, ਪਿਰ ਘਰ ਪਤੀ ਦੇ ਘਰ ਵਿੱਚ ਸੋ ਹੈ ਨਾਰੀ, ਉਹ ਜੀਵ ਰੂਪ ਇਸਤਰੀ ਸੁਹਾਗਣ ਵਡਭਾਗਣ ਅਤੇ ਹੋਰ ਗੁਣਾਂ ਕਰਕੇ ਉਸ ਨੂੰ ਸਲਾਹਿਆ ਜਾਂਦਾ ਅਤੇ ਉਹ ਆਨੰਦ ਮਾਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।